अस्सलाम वालेकुम जी, की हाल चाल है भाई जी? ठीक ठाक, तबीयत से ठीक है। अच्छा जी, सानू तुसी ये दसो भी ये माशाल्लाह ट्रैक्टर किन्नी देर तो तुसी ड्राइव कर रहे हो, यानी कि अपना तजर्बा किन्ना को है? जी मैंने 17 साल हो गया ट्रैक्टर चलाया। ठीक हो गया, ते 17 साल विच केड़ा केड़ा ट्रैक्टर चलाया? जी मैं 7 साल इसी चलाया। सही, बकाया तकरीबन 9-10 साल चलाया। ठीक हो गया, ज्यादा तुसी मैसी चलाया? ठीक हो गया, ते मैसी दे विच फोर व्हील ड्राइव किन्नी देर तो चला रहे हो? तकरीबन ढाई तीन साल। ते टू व्हील विच ते फोर व्हील विच थानू को फर्क महसूस होया है? कैसे ट्रैक्टर ने? जी बहुत अच्छा ट्रैक्टर है। सही, वो भी अच्छे ने। सही, पर उन्हां दी निस्बत बहुत अच्छा ट्रैक्टर, चंगा। फोर व्हील ड्राइव यानी कि बड़ी अच्छी है। हाँ जी, ते इनु किस किस चीज ते इस्तेमाल करदे ने? आपां नाले फार्म केड़े ते खड़े हैं, इंदा रकबा किन्ना है? तकरीबन इंदा 300 किला रकबा है जी। ठीक हो गया, राणा मायो अजीज, ठीक फार्मल है। अजीज फार्मल, हाँ जी। ठीक हो गया, इत्थे किन्ने ट्रैक्टर ने जी टोटल? साडे कोल जी टोटल ए दो भाई ने, इना कोल 16-17 ट्रैक्टर ने। 16 ट्रैक्टर, ਉਹਨਾਂ ਵਿੱਚ ਕਿਹੜੇ ਕਿਹੜੇ ਟਰੈਕਟਰ ਨੇ? ਮੈਸੀ ਨੇ ਕੋਈ ਹੋਰ ਵੀ ਹੈ? ਰੂਸੀ ਹੈ ਜੀ। ਅੱਛਾ, ਬਾਕੀ 4 ਫੋਰ ਵੀਲੇ ਨੇ। ਸਹੀ, ਤੇ ਬਾਕੀ 85 ਵੀਲੇ, ਯਾਨੀ ਕਿ ਮੈਸੀ ਹਨ 4 ਫੋਰ ਵੀਲੇ ਬਕਾ ਸਾਦੇ, ਉਹ ਵੀ ਮੈਸੀ ਹਨ। ਠੀਕ ਹੋ ਗਿਆ, ਤੇ ਇਹ ਫੋਰ ਵੀਲ ਡਰਾਈਵ ਤੇ ਟੂ ਵੀਲ ਡਰਾਈਵ ਵਿੱਚ ਕੋਈ ਡੀਜ਼ਲ ਦਾ ਐਵਰੇਜ ਦਾ ਫਰਕ ਪੈਂਦਾ ਹੈ? ਉਹ ਜੀ ਪੈਂਦਾ, ਤੇਲ ਪਹਿਲੇ ਪੀ ਜਾਂਦਾ ਫੋਰ ਵੀਲ। ਹਾਂ ਜੀ, ਇਹ ਕੀ ਵਜ੍ਹਾ? ਇੰਜਣ ਤਾਂ ਇਹਨਾਂ ਦੇ ਸੇਮ ਹੀ ਨੇ। ਸਾਡੀ ਇਹ ਜ਼ੋਰ ਜ਼ਿਆਦਾ ਲਾਉਂਦਾ। ਅੱਛਾ, ਠੀਕ ਹੋ ਗਿਆ। ਜਿਹੜਾ ਦੂਜਾ ਹੈ ਨਾ ਸਾਦਾ ਟਰੈਕਟਰ ਹੈ, ਫੋਰ ਵੀਲਰ ਦੀ ਦੂਜਾ ਸਾਦਾ ਟੂ ਵੀਲ ਡਰਾਈਵ, ਟੂ ਵੀਲ, ਉਹ ਇੰਨਾ ਜ਼ੋਰ ਨਹੀਂ ਲਾਉਂਦਾ। ਕਿਰਾਇਆ ਮਿੱਟੀ ਦਾ ਜਾਂ ਟਿਲਰ ਵਗੈਰਾ ਗੋਬਲ ਵਗੈਰਾ ਇੰਨੇ ਨਹੀਂ ਛਿੱਕਦਾ। ਠੀਕ ਹੋ ਗਿਆ, ਫੁੱਲ ਗੋਬਲਾ ਖੋਲ ਦੇ, ਕੋਈ ਟੈਨਸ਼ਨ। ਅੱਛਾ, ਜਿਵੇਂ ਇਹ ਲੇਜ਼ਰ ਤੇ ਚੱਲਦਾ ਪਿਆ, ਅਗਰ ਕਿਤੇ ਟਿੱਬੀ ਟੁੱਬੀ ਆ ਜਾਂਦੀ, ਕੋਈ ਬੰਨਾ ਛਿੱਕਣਾ ਪੈ ਜਾਂਦਾ ਹੈ? ਤੇ ਚੰਗਾ ਜ਼ੋਰ ਲਾਉਂਦਾ ਛਿਕਲ ਜਾਂਦਾ ਹੈ ਜਾਂ ਕਿਵੇਂ? ਕਿਹੜੀ ਰੇਸ ਇਹ ਟਰੇ ਜਾਂਦਾ ਹੈ? ਹਾਂ, ਤੁਹਾਨੂੰ ਪਤਾ ਹੀ ਨਹੀਂ ਚੱਲਣਾ, ਭਾਵੇਂ ਕਿਰਾਇਆ ਭਰਿਆ ਹੋਵੇ ਛਿਕ ਜਾਂਦਾ ਇਹਨੇ ਇਸ ਰੇਸ ਵਿੱਚ ਹੀ ਜਾਣਾ। ਠੀਕ ਹੋ ਗਿਆ, ਤੇ ਤੁਸੀਂ ਕੀ ਕਹਿੰਦੇ ਹੋ ਕਿ ਫੋਰ ਵੀਲ ਹੀ ਟਰੈਕਟਰ ਜ਼ਿਆਦਾ ਇਸਤੇਮਾਲ ਕਰਨੇ ਚਾਹੀਦੇ ਨੇ ਜਾਂ ਫੋਰ ਵੀਲ ਟਰੈਕਟਰ ਅੱਛਾ ਜਾਂ ਟੂ ਵੀਲ ਅੱਛਾ? ਨਹੀਂ ਜੀ, ਸਾਡੇ ਨਿਸਬਤ ਤੇ ਤਾਂ ਫੋਰ ਵੀਲ ਅੱਛਾ ਹੈ। ਫੋਰ ਵੀਲ ਅੱਛਾ ਹੈ, ਬੰਦਿਆਂ ਨੂੰ ਚਾਹੀਦਾ ਕਿ ਫੋਰ ਵੀਲ ਟਰੈਕਟਰ ਖਰੀਦਣ ਤੇ ਫੋਰ ਵੀਲ ਨੂੰ ਇੰਜੋਏ ਕਰਨ ਦੇ ਨੂੰ ਚੈੱਕ ਵੀ ਕਰਨ। ਠੀਕ ਹੋ ਗਿਆ, ਤੁਸੀਂ ਇਹਨਾਂ ਤੇ ਮੁਤਮਿਨ ਹੋ? ਹਾਂਜੀ, ਮੈਂ ਵੈਰੀ ਗੁੱਡ ਤਕਰੀਬਨ 3 ਸਾਲ ਤੋਂ ਚਲਾ ਰਿਹਾ। ਤੇ ਆਪਣੇ ਇਸ ਫਾਰਮ ਤੇ ਉਹ ਦੂਸਰੇ ਐਕਸਪੋਰਟ ਮਾਡਲ ਵੀ ਨੇ ਜਿਨ੍ਹਾਂ ਨੂੰ ਵੇਟ ਸ਼ੀਟ ਵੀ ਲੱਗੇ ਹੋਏ ਨੇ? ਹਾਂਜੀ, ਤੇ ਉਹਨਾਂ 3 ਟਰੈਕਟਰ ਨੇ, 3 ਉਹ ਟਰੈਕਟਰ ਨੇ ਐਕਸਪੋਰਟ ਮਾਡਲ। ਹਾਂਜੀ, ਇੱਕ ਹੀ ਹੈਗਾ। ਤੇ ਇਹਨਾਂ ਵਿੱਚੋਂ ਇਹ ਅੱਛਾ ਹੈ ਜਾਂ ਉਹ ਅੱਛੇ ਨੇ ਜਾਂ ਉਹਨਾਂ ਨੂੰ ਕੀ ਚੀਜ਼ ਜ਼ਿਆਦਾ ਲੱਗੀ ਹੋਈ ਹੈ ਵਿਜਨ ਦੀ ਵਜ੍ਹਾ ਤੋਂ? ਉਹਨਾਂ ਦੇ ਗੇਅਰ ਬਕਸੇ ਤੇ ਪਲੇਟ ਲੱਗੀ ਹੋਈ ਹੈ ਜੀ। ਅੱਛਾ, ਤੇ ਅੱਗੇ ਵੇਟ ਵੂਟ ਲੱਗੇ ਹੋਏ ਨੇ, ਹੋਰ ਕੁੜੀਆਂ ਇਹਨਾਂ ਹੁੰਦੇ ਨੇ, ਛੱਤ ਲੱਗੀ ਹੋਈ ਹੈ। ਸਹੀ, ਤੇ ਜੈਕ ਸਿਸਟਮ ਉਹਨਾਂ ਨਾਲ ਆਇਆ। ਸਹੀ, ਤੇ ਹੈ ਇਹਦੇ ਤਰ੍ਹਾਂ ਹੀ ਖਰਚਾ ਖੁਰਚਾ ਵੀ ਤੇ ਮਟੀਰੀਅਲ ਵਾਈਜ਼ ਇਹਨਾਂ ਨਾਲ ਅੱਛਾ? ਦੁਆ ਸ਼ੁਆ ਮਾਰਦਾ ਨਹੀਂ ਮਾਰਦਾ ਉਹਦੇ ਬਾਰੇ ਕੋਈ? ਸਰ ਜੀ ਮੈਂ ਇਹ ਚਲਾਉਂਦਾ ਪਿਆ, ਮੈਨੂੰ ਇਹਦਾ ਹੀ ਪਤਾ ਹੈ ਕਿ ਕਿਹੜੇ ਉਹ ਹੈ ਨਾ। ਹਾਂ, ਉਹਨਾਂ ਦੀ ਆਵਾਜ਼ ਐ ਗੁੱਟਵੀਂ ਜੀ, ਗੁੱਟਵੀਂ ਜੋ ਸਾਡੇ ਤੇ ਕੋਲ 3 ਟਰੈਕਟਰ ਹੈ। ਸਹੀ, ਕੜਕ ਨਹੀਂ ਹੈਗੀ? ਹਾਂਜੀ, ਸਹੀ, ਇਹ ਚਲਦਾ ਵੀ ਠੀਕ ਹੈ। ਹਾਂ, ਵੱਲਾ ਆਲਮ ਕੀ ਮਸਲਾ ਹੈ? ਸਹੀ, ਵੀ ਇਹਦੀ ਕੜਕ ਹੈ ਉਹਦੀ ਕੜਕ ਕੋਣੀ ਹੈਗੀ? ਠੀਕ ਹੋ ਗਿਆ, ਤੇ ਤੁਸੀਂ ਇਹਨੂੰ ਅੱਛਾ ਸਮਝਦੇ ਹੋ, ਤੁਸੀਂ ਇਹਨੂੰ ਡਰਾਈਵ ਕਰ ਰਹੇ ਹੋ, ਤੁਹਾਡੇ ਵਾਸਤੇ ਇਹ ਅੱਛਾ ਹੈ। ਠੀਕ ਹੋ ਗਿਆ, ਬੜੀ ਮਿਹਰਬਾਨੀ ਅਮੀਨ ਭਾਈ, ਸ਼ੁਕਰੀਆ, ਮਿਹਰਬਾਨੀ ਤੁਸੀਂ। ਮਾਸ਼ਾਅੱਲਾ, ਅੱਛੀ ਸਾਨੂੰ ਮਾਲੂਮਾਤ ਦਿੱਤੀ, ਕਿਸਾਨ ਵੀਰਾਂ ਨੂੰ ਦੱਸਿਆ ਕਿ ਫੋਰ ਵੀਲ ਡਰਾਈਵ ਦਾ ਫਾਇਦਾ ਹੈ ਔਰ ਇਹ ਟਰੈਕਟਰ ਖਰੀਦਣੇ ਚਾਹੀਦੇ ਨੇ। ਗੁੱਡ ਹੋ ਗਿਆ ਦੋਸਤੋ, ਇਸ ਵੀਡੀਓ ਨਾਲ ਇਜਾਜ਼ਤ ਦਿਓ, ਇਨਸ਼ਾਅੱਲਾ ਮਿਲਾਂਗੇ ਜੀ ਅਗਲੀ ਵੀਡੀਓ ਨਾਲ। ਰੱਬ ਰਾਖਾ।